ਬਿਸਮਿਲ੍ਲਾਹਿ ਰਹਿਮਾਨ ਰਹੀਮ। ਦੇਸੀ ਵੀਲੌਗ ਨਾਲ ਮੈਂ ਮੁਹੰਮਦ ਉਸਮਾਨ। ਅੱਜ ਤੁਹਾਡਾ ਮੁਖਾਤਬ ਆ ਇੱਕ ਮਿੰਨੀ ਮਸ਼ੀਨ ਆ, ਗੰਦਮ ਕਟਾਈ ਕਰਨ ਮਸ਼ੀਨ ਆ। ਐਸੀ ਮਸ਼ੀਨ ਆ ਜਿੰਨਾ ਗੰਦਮ ਦੀ ਕਟਾਈ ਹੋ ਸਕਦੀ, ਚਾਰਾ ਵਗੈਰਾ ਵੀ ਨਾ ਕਟਾਈ ਹੋ ਸਕਦਾ, ਚਾਹੇ ਚਰੀ ਆ, ਚਾਹੇ ਮੱਕੀ, ਚਾਹੇ ਜਵਾਰਾ, ਚਾਹੇ ਬਰਸੀਨ ਆ। ਐਸੀ ਮਸ਼ੀਨ ਇੱਕ ਸਲਵ ਸਟਾਰਟ ਵੀ ਆ ਅਤੇ ਡੋਰੀ ਨਾਲ ਵੀ ਖਿੱਚ ਕੇ ਸਟਾਰਟ ਹੁੰਦੀ ਹੈ। ਬੈਟਰੀ 'ਚ ਲੱਗੀ ਹੋਈ ਹੈ, ਇਹਨੂੰ ਲਾਈਟ ਵਗੈਰਾ ਬੰਦੇ ਇਸਤੇਮਾਲ ਲਗਾ ਸਕਦੇ ਹਾਂ ਇਸ ਦੇ ਉੱਪਰ, ਅਤੇ ਟ੍ਰੇ ਵਗੈਰਾ ਵੀ ਲਗਾ ਸਕਦਾ ਜਿਸ ਤਰ੍ਹਾਂ ਡਰਾਈਵਰ ਨੇ ਵੀ ਲਗਾਈ ਬੈਠਾ ਵਾ ਇੱਥੇ। ਆ ਉੱਪਰ ਜਿਹੜੇ ਫੀਤੇ ਜਿਹੜੇ ਇਹਦੇ ਬੈਲਟ ਉਤਾਰ ਦਿੱਤੇ ਨੇ, ਵੱਡੀ ਚਰੀ ਵਗੈਰਾ ਕੱਟਣ ਵਾਸਤੇ ਹੁੰਦੇ ਨੇ। ਅੱਛਾ, ਇਹਦੇ ਡੋਰੀ ਨਾਲ ਸਟਾਰਟ ਹੁੰਦੀ ਹੈ ਅਤੇ ਰੇਸ ਵਗੈਰਾ ਇੱਥੋਂ ਦੇਖ ਸਕਦੇ ਹਾਂ, ਜਾਂ ਬਾਕੀ ਨਾਲ ਚਾਬੀ ਲੱਗੀ ਚਾਬੀ ਦਵਾ ਸਕਦੇ ਹਾਂ। ਇਸ ਤਰ੍ਹਾਂ ਕਟਾਈ ਮਤਲਬ ਜਿਹੜੀ ਰੈਪਰ ਦੀ ਕਟਾਈ ਆ ਉਹਦੇ ਨਾਲ ਉਹ ਜ਼ਿਆਦਾ ਨੀਚੇ ਰੱਖ ਕੇ ਕਟਾਈ ਕਰਦੀ ਆ। ਆਹ ਦੇਖੋ, ਆਹ ਤਰੀਕਾ ਦਾ ਕਟਾਈ ਦਾ, ਸਟਾਰਟ ਕਰਕੇ ਇਹਨੂੰ ਅਤੇ ਇਸ ਤਰ੍ਹਾਂ ਨੀਚੇ ਹੱਥ ਨਾਲ ਹੀ ਕੰਟਰੋਲ, ਲੀਵਰ ਇਹਦਾ ਹੱਥ ਨਾਲ ਹੀ ਕੰਟਰੋਲ ਆ ਇਹਦਾ, ਕੋਈ ਹਟਰਾਲਿਕ ਵਗੈਰਾ ਨਹੀਂ, ਹੱਥ ਨਾਲ ਈਜ਼ਲੀ ਨੀਚੇ ਹੋ ਸਕਦਾ ਵਾ। ਇੱਕ ਟਾਈਮ ਮਸ਼ਲ ਆ ਇਹਦੀ, ਇਸ ਤਰ੍ਹਾਂ ਦੀ ਵੀ ਕੋਈ ਸਿੱਟਾ ਨੀਚੇ ਨਹੀਂ ਕਰਨ ਦਿੰਦੀ ਹੈਗੀ, ਅਤੇ ਬਿਲਕੁਲ ਬਿਹਤਰੀਨ ਤਰੀਕੇ ਨਾਲ ਇਹ ਕਟਾਈ ਕਰਦੀ ਆ। ਬਾਕੀ ਇਹਦੀ ਕੀਮਤ ਦੀ ਗੱਲ ਕਰੀਏ, ਤਕਰੀਬਨ ਇਹ 5 ਲੱਖ ਦੀ ਇਹ ਮਿਲਦੀ ਆ, ਅਤੇ ਇਹਦੀ ਜਿਹੜੀ ਲੋਕੇਸ਼ਨ ਆ ਜਿੱਥੇ ਮਿਲੇਗੀ ਇਹ ਡਸਕਿਓ ਮਿਲਦੀ ਆ, ਅਤੇ ਟਾਇਰ ਮੈਸ਼ਰ ਕਾਫੀ ਇਹਦੇ ਹੈਵੀ ਡਿਊਟੀ ਨੇ, ਕੋਈ ਬੰਨਾ ਵਗੈਰਾ ਕੋਈ ਚੀਜ਼ ਆ ਜਾਵੇ ਉੱਥੋਂ ਨਾ ਈਜ਼ਲੀ ਨਿਕਲ ਸਕਦੀ ਹੈ, ਈਜ਼ਲੀ ਜਾ ਸਕਦੀ ਹੈ। ਮੇਰਾ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ। ਮੈਂ ਮੋਬਾਇਲ ਵਗੈਰਾ ਚੇਂਜ ਕੀਤਾ ਸੀਗਾ, ਚੇਂਜ ਕਰਕੇ ਮੋਬਾਇਲ ਦੁਬਾਰਾ ਇਹਨੂੰ ਚਲਾਇਆ ਵਾ। ਆ ਬੰਦੇ ਇੰਤਜ਼ਾਰ 'ਚ ਖੜ੍ਹੇ ਨੇ, ਕੁਛ ਇੱਥੇ ਫਾਰਗ ਹੋ ਕੇ ਸਾਡੀ ਵੀ ਕਟਾਈ ਕਰੋ। ਕਾਫੀ ਰਸ਼ ਲੋਕਾਂ ਦਾ ਇਹਨਾਂ ਦੇ ਕੋਲ ਆ ਰਿਹਾ। ਉਹਦੀ ਮੇਨ ਵਜ੍ਹਾ ਇਹੀ ਹੈ, ਕਟਾਈ ਬਹੁਤ ਅੱਛੇ ਤਰੀਕੇ ਨਾਲ ਕਰਦੀ ਕਿ ਨੀਚੇ ਉਹਨਾਂ ਕੇ ਕਟਾਈ ਕਰਦੀ ਆ। ਅਤੇ ਸਭ ਤੋਂ ਵੱਡੀ ਖੂਬੀ ਇਹਦੀ ਹੈ ਕਿ ਕਿਸ ਤਰ੍ਹਾਂ ਦਾ ਖੱਬਲ ਘਾਹ ਵਗੈਰਾ ਜਿਹਨੂੰ ਕਹਿੰਦੇ ਆ ਆਪਣਾ, ਕੋਈ ਦੁੰਬੀ ਸਿੱਟ ਵਗੈਰਾ ਉੱਥੇ ਰਹਿ ਜਾਂਦੀ ਆ, ਨਹੀਂ ਖਤਮ ਹੁੰਦੀ ਸਪਰੇਵਾਂ ਨਾਲ, ਇਹ ਉਹਨੂੰ ਵੀ ਰੱਖ ਰਗੜ ਕੇ ਨਾ ਕਟਾਈ ਕਰ ਦਿੰਦੀ ਆ। ਇਹਦੇ ਬਲੇਡ ਜਿਹੜੇ ਆ ਛੁਰੀ ਤਰ੍ਹਾਂ ਤਿੱਖੇ ਹੁੰਦੇ ਨੇ, ਆਮ ਰੈਪਰ ਨਾਲ ਇਹਦੇ ਬਲੇਡ ਜਿਹੜੇ ਬਰੀਕ ਹੁੰਦੇ ਨੇ, ਜਿਹੜੇ ਵਜ੍ਹਾ ਨੂੰ ਇੱਕ ਗੰਦਮ ਦੇ ਨਾਲ ਨਾ ਜਿਸ ਤਰ੍ਹਾਂ ਦਾ ਘਾਸ ਵਗੈਰਾ ਹੋਏਗਾ, ਜਿਸ ਤਰ੍ਹਾਂ ਜਿਹੜੇ ਬੂਟੀਆਂ ਉਹਨੂੰ ਕੱਟ ਕੇ ਸਿੱਟ ਦੇਗਾ, ਵਿੱਚ ਵੀ ਰੈਪਰ ਦੇ ਵਿੱਚ ਨਹੀਂ ਫਸੇਗਾ। ਕਦੇ ਇਸ ਤਰ੍ਹਾਂ ਨਹੀਂ ਹੋਏਗਾ ਕਿ ਗੰਦਮ ਜਾਂ ਗੰਦ ਦੀ ਵਜ੍ਹਾ ਤੋਂ ਰੈਪਰ ਜਿਹੜੀ ਆ ਤੁਹਾਡੀ ਰੁਕ ਗਈ ਆ। ਮੇਰਾ ਸਾਡੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ। ਅਗਰ ਪਸੰਦ ਆਈ ਹੈ ਤਾਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰੋ। ਮਜ਼ੀਦ ਇਸ ਤਰ੍ਹਾਂ ਇਨਫਾਰਮ